अजनाला दे पिंड गग्गो महल अंदर उदो माहौल गर्मा गया जदों 32 साल नौजवान गुरप्रीत सिंह दी नशे दा टीका लगाउण नाल मौत हो गई, जिस नूं लै के गुस्से च आए पिंड दे लोकां ने अमृतसर तों करतारपुर साहिब कोरीडोर जाम करके पंजाब सरकार अते पुलिस विरुद्ध जम के नारेबाजी कीती अते परिवार दा रो रो के बुरा हाल आ जिन्हां ने हड बीती सुनाई। कितना पता लगा ये दी मौत दा? तानू किने दस्या भी मौत हो गई है जी? किवें मौत होई पता लगा? कोई लागो कोई सरेंज कोई बरामद होई कोई चीज लागो नशे दी? वेख्या नी मम्मी गए ही लैण। पहला भी कदी टीका लाया ही? ਉੱਥੇ ਪਿੰਡ ਵਾਸੀਆਂ ਵੱਲੋਂ ਲਗਾਏ ਧਰਨੇ ਦੌਰਾਨ ਗੱਲਬਾਤ ਕੀਤੀ ਪਿੰਡ ਦੇ ਵਿੱਚ। ਉਹਨਾਂ ਕਿਹਾ ਕਿ ਨਸ਼ਾ ਸ਼ਰਿਆਮ ਵਿਕ ਰਿਹਾ, ਔਰਤਾਂ ਵੱਲੋਂ ਵੀ ਨਸ਼ਾ ਸਪਲਾਈ ਕੀਤਾ ਜਾਂਦਾ ਹੈ। ਇਹ ਚੌਂਕੀ ਇੰਚਾਰਜ ਗੱਗੋਮਾਲ ਦੀ ਨਲਾ ਕੀ ਕਰਕੇ ਹੋਇਆ? ਉਹ ਸ਼ਰਿਆਮ ਪੈਸੇ ਲੈਂਦਾ ਹੈ, ਮਹੀਨਾ ਲੈਂਦਾ ਹੈ, ਕਿਸੇ ਦਿਨ ਦੱਸਿਆ ਵੀ ਕਿੰਨੇ ਪਰਚੇ ਦਿੱਤੇ ਆ, ਕਿੰਨੇ ਤੋਂ ਉਹਨੇ ਫੜਿਆ? ਸਾਰਿਆਂ ਤੋਂ ਮਹੀਨਾ ਲੈਂਦਾ ਹੈ। ਨਸ਼ਾ ਵਿਕਾਉਣ ਵਾਲਾ ਇਹ ਆ ਜਿਹਨਾਂ ਯਾਰ, ਸਭ ਤੋਂ ਪਹਿਲਾਂ ਤਾਂ ਇਹਦੀ ਇੱਥੋਂ ਬਦਲੀ ਹੋਣੀ ਚਾਹੀਦੀ ਆ, ਇਹ ਤਾਂ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਆ। ਕੀ ਮੰਗ ਕਰਦੇ ਤੁਸੀਂ? ਮੰਗ ਇਹ ਕਰਦੇ ਹਾਂ ਵੀ ਇੱਕ ਤਾਂ ਚੌਂਕੀ ਇੰਚਾਰਜ ਬਦਲਿਆ ਜਾਵੇ, ਇੱਕ ਚੰਗਾ ਕੋਈ ਵਧੀਆ ਚੌਂਕੀ ਇੰਚਾਰਜ ਲਾਇਆ ਜਾਵੇ ਜਿਹੜਾ ਨਸ਼ੇ 'ਤੇ ਕੰਟਰੋਲ ਕਰੇ, ਅਤੇ ਜਿਹੜਾ ਨਸ਼ੇ 'ਤੇ ਸੌਦਾਗਰ ਆ, ਸ਼ਰੇਆਮ ਨਸ਼ਾ ਵੇਚਦੇ ਆ, ਉਹਨਾਂ ਨੂੰ ਨੱਥ ਪਾਈ ਜਾਵੇ, ਉਹਨਾਂ ਦੇ ਫੜ ਕੇ ਪਰਚੇ ਦਿੱਤੇ ਜਾਣ। ਅੱਜ ਜਿਹੜਾ ਅਤੇ ਜਿਹੜੀ ਅੱਗੇ ਡੈਥ ਹੋਈ ਆ, ਇਹ ਪੰਜਾਬ ਗੌਰਮੈਂਟ ਨੂੰ ਉੱਥੋਂ ਮੰਗ ਕਰਦੇ ਹਾਂ ਅਤੇ ਘੱਟ ਤੋਂ ਘੱਟ 1 ਲੱਖ ਰੁਪਈਆ, 10 ਲੱਖ ਰੁਪਈਆ ਇਹ ਬੱਚੇ ਦੇ ਜਿਹੜੇ ਵਾਰਸ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਹ ਨਸ਼ੇ ਡੈਥ ਹੋਣ ਦਾ ਕਾਰਨ ਕੀ ਹੈ? ਕਿਹੜਾ ਨਸ਼ਾ ਕੀਤਾ? ਨਸ਼ੇ ਦਾ ਡੈਥ ਸਮੈਕ ਹੀ ਕਰਦੇ ਆ ਸਾਰੇ ਪਿੰਡ, ਲੈਂਦੀ ਬੱਤੀ ਸਾਰੇ, ਕਈ ਜਨਾਨੀਆਂ ਵੀ ਸਮੈਕ ਵੇਚੀ ਜਾਣ ਡੀਆਂ। ਇਹਨੂੰ ਨਹੀਂ ਪਤਾ, 20 ਵਾਰ ਅਸੀਂ ਟਾਂਦਰ ਸਾਹਿਬ ਨੂੰ ਦੱਸਿਆ ਵੀ ਸਮੈਕ ਵਿਕਣ ਡਈ, ਸਮੈਕ ਵਿਕਣ ਡਈ, ਸ਼ਰੇਆਮ ਵਿਕਣ ਡਈ ਆ, ਸਾਰੇ ਘਰਾਂ ਚੱਕਰ ਮਾਰ ਕੇ ਆ ਜਾਂਦਾ, ਮਤਲਬ ਮਹੀਨਾ ਲੈਂਦਾ। ਤੁਸੀਂ ਲਿਖਤੀ ਦਰਖਾਸਤ ਦਿੱਤੀ ਜੀ ਕਦੀ ਚੌਂਕੀ? ਚੌਂਕੀ ਯਾਰ ਦਿੱਤੀ ਆ ਲਿਖਤੀ ਦਰਖਾਸਤ, ਅਜੇ 4 ਦਿਨ ਪਹਿਲਾਂ ਦਿੱਤੀ ਆ ਡਿਪਟੀ ਸਾਹਿਬ ਨੂੰ ਵੀ ਦਿੱਤੀ ਆ, ਸਾਡਾ ਸਾਬਕਾ ਸਰਪੰਚ ਆਏ ਤੇ ਇੱਥੋਂ ਪੁੱਛ ਲਓ। ਹੁਣ ਧਰਨਾ ਕਦੋਂ ਤੱਕ ਲੱਗਾ ਰਹੇਗਾ ਜੀ? ਜਿੰਨਾ ਚਿਰ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ, ਗੌਰਮੈਂਟ ਸਾਨੂੰ ਇਨਸਾਫ਼ ਨਹੀਂ ਦਿੰਦੀ, ਨਸ਼ਾ ਵੇਚਣ ਵਾਲੇ ਸੌਦਾਗਰਾਂ ਦੇ ਲਗਾਮ ਨਹੀਂ ਕੱਸਦੀ, ਅਤੇ ਜਿਹੜਾ ਮੌਤ ਹੋਈ ਆ ਉਹਨੂੰ ਸਰਕਾਰ ਵੱਲੋਂ 10 ਲੱਖ ਰੁਪਈਆ ਮੁਆਵਜ਼ਾ ਨਹੀਂ ਦਿੰਦੀ ਗੌਰਮੈਂਟ। ਨਸ਼ਾ ਜਿਹੜਾ ਵਾ ਉਹ ਸਭ ਤੋਂ ਇੰਨਾ ਸਿਗਰਾਂ ਤੋਂ ਤਾਂ ਟੱਪ ਗਿਆ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇਕਰ ਚੰਦ ਦਿਨਾਂ ਦੇ ਵਿੱਚ ਹੀ ਇਹਨੂੰ ਨਾ ਰੋਕਿਆ ਗਿਆ ਤਾਂ ਗੱਗੋਮਾਲ ਦੇ ਵਿੱਚ ਹੋ ਸਕਦਾ ਇਕੱਠੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਜਾਣ। ਇਹ ਹਾਲਾਤ ਬਣ ਗਏ ਆ ਕਿ 2-2, 4-4 ਮੌਤਾਂ ਜਿਹੜੀਆਂ ਉਹ ਵੀ ਕੇਟਮ ਹੋ ਸਕਦੀਆਂ ਨੇ, ਕਿਉਂਕਿ ਪਹਿਲਾਂ ਤਾਂ ਬੰਦੇ ਵੇਚਦੇ ਸੀ ਅਤੇ ਹੁਣ ਹਾਲਾਤ ਇੱਦਾਂ ਦੇ ਬਣ ਗਏ ਕਿ ਬੀਬੀਆਂ ਵੀ ਇਹ ਕਾਰੋਬਾਰ ਸ਼ੁਰੂ ਕਰ ਲਿਆ ਵਾ। ਉਹਦਾ ਕਾਰਨ ਇਹ ਬਣਦਾ ਵਾ ਕਿ ਲੋਕ ਕੰਮ ਕਰਨੋਂ ਹਟ ਗਏ ਆ, ਕੰਮ ਕਾਰ 'ਤੇ ਜਾਂਦੇ ਨਹੀਂ ਆ ਅਤੇ ਫ੍ਰੀ 'ਚ ਪੈਸੇ ਕਮਾ ਰਹੇ ਆ। ਉੱਥੇ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀਆਂ ਦਾ ਕੀ ਕਹਿਣਾ, ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਗੁਰਪ੍ਰੀਤ ਸਿੰਘ ਨਾਮ ਦਾ ਨੌਜਵਾਨ 32 ਸਾਲ ਦਾ, ਇਨਫੋਰਮੇਸ਼ਨ ਆਈ ਵੀ ਟਰੱਕ ਹੋਰ ਕਰ ਰਿਹਾ ਹੈ।
उस संबंध में पुलिस अपनी बनती कार्रवाई कर रही है। जेड़े भी कोई जीरो टॉलरेंस पॉलिसी है पुलिस की नशे के संबंध में, जोड़ा कोई किसी भी बंद का दोष होया फड़ के बनती कार्रवाई की जाऊ। जो सा मुलाजम का ये अणगहली हुई वो खिलाफ़ भी जो बनती डिपार्टमेंटल एक्शन लिया गया। सर मंग एस आई साहब जो बार बार सूचित कराया गया पर उन्होंने कभी भी कार्रवाई नहीं की, वो इतों कोई रिश्वत के मामले के इल्जाम लाते हैं। वो सारी चीज़ वेरीफाई करांगे डिपार्टमेंटल एक्शन एस आई साहब के खिलाफ जो कोई योजी आऊगी चीज़ सामने तो बनता डिपार्टमेंटल एक्शन किया जाएगा। ठीक सर यह सारी चीज़ अं हम वेरीफाई करा जी साढ़े ध्यान आई है हूँ ये सारी चीज़ में वेरीफाई करा तो जीरो टॉलरेंस पॉलिसी है नशे के खिलाफ पुलिस की जोड़े भी कोई बंद यह खिलाफ बनती कार्रवाई की जाएगी। सर धरना किमें हैंडल करोगे ये जो इन्होंने नाल गलबात करके जो इन्हों मंगा होगी जो जायज मंगा उन्होंने विचार चर्चा करके धरना खत्म। देखा जाए तो नशा पिंड पिंड घर घर तक पहुँचाया जा रहा, वड्डे पद्धर से नशे तस्कर बेखौफ होकर नशे की सप्लाई कर रहे हैं पर आए दिन मावां दियां कुखां सुनियां होई ने जिस करके लोकां दे विच भारी रोस है। हकीकत टीवी पंजाबी लई अमृतसर तो हरजीत गरेवाल दी रिपोर्ट।